सी देख रहे हो सांझ टीवी न्यूज पोर्टल। ਭਾਵੇਂ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਨਵਾਂ ਬਣਾਉਣ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ, ਪਰ ਸਰਕਾਰੀ ਸਕੂਲ ਦੀਆਂ ਇਮਾਰਤਾਂ ਜ਼ਿਆਦਾ ਖਰਾਬ ਹੋਣ ਕਾਰਨ ਬੱਚਿਆਂ ਦਾ ਭਵਿੱਖ ਖਤਰੇ 'ਚ ਦਿਖਾਈ ਦੇ ਰਿਹਾ ਹੈ। ਤਰਨ ਤਾਰਨ ਦੇ ਪਿੰਡ ਵੱਲੀਪੁਰ ਵਿੱਚ ਸਰਕਾਰੀ ਸਕੂਲ ਦੇ ਕੋਲ ਇੱਕ ਪਿੰਡ ਦੇ ਛੱਪੜ 'ਚ ਮੀਂਹ ਦਾ ਪਾਣੀ ਭਰਨ ਨਾਲ ਪਾਣੀ ਸਕੂਲ ਦੇ ਅੰਦਰ ਤੱਕ ਭਰ ਗਿਆ, ਜਿਸ ਨਾਲ ਸਕੂਲੀ ਬੱਚਿਆਂ ਨੂੰ ਪੜ੍ਹਾਈ ਕਰਨ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਦੇ ਅਧਿਆਪਕਾਂ ਨੇ ਇਸ ਸਬੰਧੀ ਦੱਸਿਆ ਕਿ ਪਾਣੀ ਸਕੂਲ ਦੇ ਗੇਟ ਤੋਂ ਲੈ ਕੇ ਅੰਦਰ ਕਲਾਸਾਂ ਤੱਕ ਪਹੁੰਚ ਜਾਂਦਾ ਹੈ ਅਤੇ ਉਹਨਾਂ ਨੇ ਇਸ ਬਾਰੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ ਸੀ, ਪਰ ਫਿਰ ਵੀ ਉਹਨਾਂ ਨੂੰ ਇਸ ਮੁਸੀਬਤ ਤੋਂ ਛੁਟਕਾਰਾ ਨਹੀਂ ਮਿਲਿਆ। ਉਹਨਾਂ ਨੇ ਦੱਸਿਆ ਕਿ ਸਕੂਲ ਦੀਆਂ ਛੱਤਾਂ ਦੀ ਹਾਲਤ ਵੀ ਬਹੁਤ ਖਰਾਬ ਹੈ। ਸਰ, ਪਾਣੀ ਦਾ ਚੱਕਰ ਇਹ ਹੈ ਵੀ ਜਿਹੜਾ ਇਹ ਬਰਸਾਤੀ ਦਿਨ ਹੈ, ਅੱਜ ਕੱਲ੍ਹ ਜਿਹੜਾ ਆਹ ਮਹੀਨਾ ਜੁਲਾਈ ਦਾ ਜਾਂ ਜੂਨ ਦਾ ਮਹੀਨਾ ਹੁੰਦਾ ਵਾ, ਇਹਨਾਂ ਦਿਨਾਂ ਦੇ ਵਿੱਚ ਕੀ ਚੱਕਰ ਆ ਵੀ ਬਰਸਾਤੀ ਪਾਣੀ ਜਿਹੜਾ ਸਾਡੇ ਇੱਥੇ ਸਕੂਲ 'ਚ ਆ ਜਾਂਦਾ ਵਾ। ਆਉਣ ਦਾ ਕਾਰਨ ਮੇਨ ਇਹ ਆ ਵੀ ਸਾਡਾ ਜਿਹੜਾ ਸਕੂਲ ਦਾ ਲੈਵਲ ਆ, ਸੜਕ ਦੇ ਲੈਵਲ ਨਾਲੋਂ ਇਹ ਨੀਵਾਂ ਵਾ, ਅਤੇ ਸੜਕ ਜਿਹੜੀ ਸਾਡੀ ਕਾਫ਼ੀ ਉੱਚੀ ਹੈ ਬਾਹਰ ਵਾਲੀ, ਇਸ ਕਰਕੇ ਪਾਣੀ ਅੰਦਰ ਆ ਜਾਂਦਾ ਵਾ। ਅਤੇ ਦੂਜੇ ਬੰਨੇ ਪਿਛਲੇ ਬੰਨੇ ਸਾਡੇ ਛੱਪੜ ਪੈ ਜਾਂਦਾ ਵਾ, ਅਤੇ ਜੋ ਕਿ ਉਹ ਵੀ ਪਾਣੀ ਜਿਹੜਾ ਸਾਡੇ ਸਕੂਲ ਦੇ ਅੰਦਰ ਆ ਜਾਂਦਾ, ਛੱਪੜ ਭਰ ਜਾਂਦਾ ਵਾ ਅਤੇ ਭਰ ਕੇ ਓਵਰਫਲੋ ਹੋ ਕੇ ਅਤੇ ਸਾਡੇ ਸਕੂਲ ਦੇ ਅੰਦਰ ਆ ਜਾਂਦਾ। ਇਸ ਬਾਰੇ ਤੁਸੀਂ ਕੋਈ ਪਹਿਲਾਂ ਵੀ ਕਿਸੇ ਨੂੰ ਸ਼ਿਕਾਇਤ ਅਧਿਕਾਰੀ ਉੱਚ ਅਧਿਕਾਰੀਆਂ ਨੂੰ ਬਾਰੇ ਇਸ ਬਾਰੇ ਦੱਸਿਆ? ਮੈਨੂੰ ਜੀ 7-8 ਮਹੀਨੇ ਹੋ ਗਏ ਇੱਥੇ ਲਗਭਗ ਮੈਨੂੰ ਆਏ ਨੂੰ। ਮੇਰੇ ਆਉਂਦਿਆਂ ਇਹ ਪਹਿਲਾ ਚਾਂਸ ਆ, ਬਰਸਾਤਾਂ ਪਹਿਲੀ ਵਾਰੀ ਮੇਰੇ ਇੱਥੇ ਆਉਣ ਦੇ ਸਮੇਂ 'ਚ ਹੋਈਆਂ ਵਾ, ਅਤੇ ਇਹ ਫਸਟ ਟਾਈਮ ਹੀ ਆ ਵੀ ਪਾਣੀ ਜਿਹੜਾ ਇੱਥੇ ਆਇਆ ਵਾ। ਇਸ ਤੋਂ ਪਹਿਲਾਂ ਵੀ ਆਉਂਦਾ ਹੁੰਦਾ ਸੀ ਜੋ ਮੇਰੇ ਸੁਣਨ 'ਚ ਆਇਆ ਵਾ, ਪਰ ਇਹ ਆ ਵੀ ਉੱਚ ਅਧਿਕਾਰੀਆਂ ਨੂੰ ਇਹਨੂੰ ਸੂਚਿਤ ਕੀਤਾ ਗਿਆ ਵਾ ਪਹਿਲਾਂ। ਦੇਖਣ ਨੂੰ ਮਿਲਿਆ ਕਿ ਜਿੱਥੇ ਬੱਚੇ ਬੈਠੇ ਆ ਉਹਨਾਂ ਦੇ ਲੈਂਟਰ ਦੇ ਲੈਂਟਰ ਡਿੱਗਣ ਨੂੰ ਵੇਖਦੇ ਆ, ਸਰੀਏ ਜਿਹੜੇ ਨੰਗੇ ਹੋਏ ਆ, ਇਮਾਰਤ ਜਿਹੜੀ ਬਹੁਤ ਖਸਤਾ ਹਾਲਤ 'ਚ ਦਿਖਦੀ। ਹਾਂਜੀ, ਇਮਾਰਤ ਦੀ ਖਸਤਾ ਹਾਲਤ ਆ। ਉਹਨਾਂ ਨੇ ਸਾਡੇ ਕੋਲ ਮੇਜਰ ਰਿਪੇਅਰ ਦੀ ਡਾਕ ਮੰਗੀ ਹੋਈ ਆ, ਉਹ ਜਿਹੜੀ ਕਿ ਅਸੀਂ ਭੇਜ ਦਿੱਤੀ ਗਈ ਆ। ਕਿੰਨਾ ਚਿਰ ਹੋ ਗਿਆ ਤੁਹਾਨੂੰ ਭੇਜੀ? ਸਰ, ਅੱਜ ਤੋਂ ਲਗਭਗ ਕੋਈ 4-5 ਮਹੀਨੇ ਪਹਿਲਾਂ ਵੀ ਭੇਜੀ ਸੀ, ਅਤੇ ਜਸਟ ਅੱਜ ਵੀ ਉਹਨਾਂ ਨੇ ਡਾਕ ਮੰਗੀ ਸਾਡੇ ਕੋਲ, ਅਤੇ ਅੱਜ ਵੀ ਅਸੀਂ ਡਾਕ ਦਿੱਤੀ ਮੇਜਰ ਰਿਪੇਅਰ ਦੀ। ਜਿੱਦਾਂ ਵੇਖਣ ਨੂੰ ਮਿਲਿਆ ਕਿ ਪਾਣੀ ਜਿਹੜਾ ਖਲੋਤਾ ਹੈ ਉਹਦੇ ਵਿੱਚ ਮੱਛਰ ਬੁੜਾ, ਕੋਈ ਸਿਹਤ ਵਿਭਾਗ ਦਾ ਕੋਈ ਆਇਆ ਹੋਵੇ ਕੋਈ ਲਾਵਾ ਕੁਛ ਕੇ ਕਰਨ ਨੂੰ, ਜਿਹੜਾ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਸਕੇ, ਕੋਈ ਇੱਥੇ ਆਇਆ? ਅੱਜ ਤੱਕ ਤਾਂ ਕੋਈ ਨਹੀਂ ਆਇਆ ਜੀ। ਕਲਾਸਾਂ ਵਿੱਚ ਪਾਣੀ ਭਰਨ ਤੋਂ ਬਾਅਦ ਬੱਚਿਆਂ ਦੀ ਜਿਹੜੀ ਕਲਾਸ ਲੱਗਦੀ ਹੈ ਉਹਦਾ ਕੀ ਪ੍ਰਬੰਧ ਕੀਤੇ ਜਾਂਦੇ ਬਾਅਦ? ਇਸ ਮਾਮਲੇ ਸਬੰਧੀ ਜਦੋਂ ਸਹਾਇਕ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਕੂਲ ਦੀਆਂ ਇਹਨਾਂ ਮੁਸ਼ਕਲਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਹਾਂਜੀ ਸਰ, ਜਿਹੜੀ ਪਿੰਡ ਵੱਲੀਪੁਰ ਦੇ ਵਿੱਚ ਬਿਲਡਿੰਗ ਦੇ ਵਿੱਚ ਪਾਣੀ ਖੜਾ ਆਇਆ ਜਾਂ ਬਿਲਡਿੰਗ ਖਸਤਾ ਹਾਲਤ ਦੇ ਵਿੱਚ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਤੁਸੀਂ ਮੇਰੇ ਹੁਣੇ ਧਿਆਨ ਦੇ ਵਿੱਚ ਲਿਆਂਦਾ ਹੈ, ਅਤੇ ਇਹਦੇ ਸੰਬੰਧ 'ਚ ਮੇਰੀ ਜਿਹੜੇ ਹੈ DO ਐਲੀਮੈਂਟਰੀ ਨਾਲ ਗੱਲ ਹੋ ਗਈ ਆ, ਉਹ ਵਿਜਿਟ ਕਰਕੇ ਰਿਪੋਰਟ ਕਰਨਗੇ। ਦੂਸਰਾ ਜਿਹੜਾ ਤੁਸੀਂ ਕਿਹਾ ਪਾਣੀ ਦੇ ਵਿੱਚ ਮੱਛਰ ਬਹੁਤ ਹੈ, ਸਿਵਲ ਸਰਜਨ ਜੀ ਨਾਲ ਮੇਰੀ ਗੱਲ ਹੋਈ ਆ, ਉੱਥੇ ਟੀਮ ਭੇਜਣਗੇ ਅਤੇ ਜਿਹੜੀ ਲੋੜੀਂਦੀ ਦਵਾਈ ਛਿੜਕਣਗੇ। ਜੇ ਬਿਲਡਿੰਗ ਅਣਸੁਰੱਖਿਅਤ ਪਾਈ ਗਈ ਤਾਂ ਬੱਚਿਆਂ ਨੂੰ ਕਿਤੇ ਹੋਰ ਬਿਠਾਉਣ ਦਾ ਪ੍ਰਬੰਧ ਜਿਹੜਾ ਹੈ ਮਾਨਯੋਗ ਡੀ ਸਾਹਿਬ ਨਾਲ ਅੱਗੇ ਲੈ ਕੇ ਕਰ ਦਿੱਤਾ ਜਾਵੇਗਾ, ਅਤੇ ਕੋਈ ਬਿਮਾਰੀ ਨਾ ਫੈਲੇ ਇਹਦੇ ਸੰਬੰਧ 'ਚ CM ਸਾਹਿਬ ਨੂੰ ਕਹਿ ਦਿੱਤਾ ਗਿਆ, ਅਤੇ ਜਿਹੜਾ ਇਹ ਮਸਲਾ ਹੈ ਪਹਿਲੇ ਦਾ ਹੱਲ ਕੀਤਾ ਗਿਆ। ਤਰਨ ਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕੰਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।